ਜਦੋਂ ਬੁਢੇਪਾ ਜਾਂਦਾ ਤੇ ਪਿਆਰਿਓ ਬਜ਼ੁਰਗਾਂ ਨੂੰ ਬਿਰਧ ਆਸ਼ਰਮ ਚ ਭੇਜ ਦਿੰਦੇ ਨੇ, ਦੇਖਦੇ ਹੋ ਨਾ ਇਹ ਹਾਲ ਹੈ ਸਾਡਾ। ਜਿਹੜੇ ਬਾਪੂ ਨੇ ਸਾਰੀ ਜ਼ਿੰਦਗੀ ਕਮਾਈ ਕੀਤੀ, ਜਦੋਂ ਬਜ਼ੁਰਗ ਹੋ ਗਿਆ ਕਹਿੰਦੇ ਬਿਰਧ ਆਸ਼ਰਮ ਚ ਛੱਡਿਆ, ਉਹ ਮਾਪੇ ਰੁਲਦੇ ਦੇਖੇ ਆ ਨਾ ਬਜ਼ੁਰਗ ਮਾਪੇ। ਇੱਕ ਗੱਲ ਯਾਦ ਰੱਖਿਓ ਅੱਜ ਦੇ ਦੀਵਾਨ ਦੀ, ਮੈਂ ਤਾਂ ਹੀ ਹੈਡਗਾਂ ਦੇ ਰਿਹਾ, ਜੇ ਬਜ਼ੁਰਗ ਰੁਲਦੇ ਨੇ ਤੁਹਾਨੂੰ ਕਿਸੇ ਸਾਧ ਸੰਤ ਨੇ ਨਹੀਂ ਤਾਰਨਾ ਭਾਈ, ਨੋਟ ਕਰ ਲਿਓ। ਜੇ ਬਜ਼ੁਰਗ ਰੁਲਦੇ ਨੇ ਨਾ, ਬੇਬੇ ਰੁਲਦੀ ਹੈ, ਬਾਪੂ ਰੁਲਦਾ, ਬਾਪੂ ਤਾਂ ਪਾਣੀ ਪਿੱਛੇ ਰੁਲਦਾ, ਬਾਪੂ ਤਾਂ ਪਾਣੀ ਨੂੰ ਤਰਸਦਾ, ਮੰਜੇ ਤੇ ਬੈਠਾ, ਪਾਸਾ ਨੀ ਕੋਈ ਦਵਾਉਂਦਾ, ਇਹ ਕਹਿੰਦਾ ਮੈਂ ਤਾਂ ਚੱਲਿਆ ਤੀਰਥਾਂ ਦੀ ਯਾਤਰਾ ਕਰਨ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੇਰੇ ਘਰੇ ਤੀਰਥ ਬਾਪੂ ਬੈਠਾ ਉਹਨੂੰ ਸਾਂਭ ਲਾ, ਘਰੇ ਬੇਬੇ ਬੈਠੀ ਹੈ ਤੀਰਥ ਉਹਨੂੰ ਸਾਂਭ ਲਾ। ਪਰ ਫਿਰ ਅਸੀਂ ਇੰਨੇ ਸਿਆਣੇ ਹਾਂ ਗੁਰਮੁਖੋ, ਅਸੀਂ ਜਿਉਂਦੇ ਜੀ ਤਾਂ ਸਾਂਭਣਾ ਨੀ, ਫਿਰ ਮਰਿਆਂ ਤੋਂ ਕਹਿੰਦੇ ਹੁਣ ਜਲੇਬੀਆਂ ਬਣਾ ਲਓ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕੋਈ ਗੁਲਾਬ ਜਾਮਣਾ ਬਣਾਉਂਦਾ, ਕੋਈ ਜਲੇਬੀਆਂ ਬਣਾਉਂਦਾ। ਇੱਕ ਨੂੰ ਪੁੱਛਿਆ ਮੈਂ ਕਿਹਾ ਵੀ ਜਲੇਬੀਆਂ ਕਿਉਂ ਬਣਾਉਂਦੇ, ਕਹਿੰਦੇ ਬਾਪੂ ਨੂੰ ਵੱਡਾ ਕਰਨਾ ਖਿੱਚ ਖਿੱਚ ਕੇ। ਪਹਿਲਾਂ ਤਾਂ ਬਾਪੂ ਨੀ ਵੱਡਾ ਹੋਇਆ, ਪਹਿਲਾਂ ਤਾਂ ਸੀਗਾ ਬਾਪੂ ਛੋਟਾ, ਹੁਣ ਬਾਪੂ ਨੂੰ ਖਿੱਚ ਖਿੱਚ ਕੇ ਗੁਲਾਬ ਜਾਮਣਾ ਬਣਾ ਕੇ, ਪਕੌੜੇ ਬਣਾ ਕੇ, ਹੁਣ ਸਮਾਜ ਨੂੰ ਦਿਖਾਉਣਾ ਵੀ ਸਾਡਾ ਨੱਕ ਨੀ ਰਹਿੰਦਾ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਆ ਗੁਰੂ ਨੇ ਦੇਖੋ ਬਾਣੀ ਚ ਕੀ ਲਿਖਿਆ ਭਾਈ, ਪਾਤਸ਼ਾਹ ਕਹਿੰਦੇ ਜਿਉਂਦੇ ਪਿੱਤਰ ਨ ਮੰਨੇ ਕੋਉ ਮੂਏ ਸਰਾਧ ਕਰਾਈ। ਜਿਉਂਦਾ ਨੀ ਬਾਪੂ ਮੰਨਿਆ, ਜਿਉਂਦੀ ਨੀ ਬੇਬੇ ਮੰਨੀ, ਜਦੋਂ ਬਾਪੂ ਜੀ ਚਲੇ ਗਏ। ਤੁਸੀਂ ਵੀ ਸਿਆਣੇ ਹੋ, ਇਹ ਓਦਾਂ ਨਹੀਂ ਮੰਨਦਾ, ਇਹ ਮੰਨਣ ਚ ਵੀ ਇਹਦਾ ਲਾਲਚ ਹੈ, ਸੁਣ ਲਿਓ ਮੈਨੂੰ ਮੌਕੇ ਤੇ ਯਾਦ ਆ ਗਈ ਗੱਲ, ਇਹ ਓਦਾਂ ਨਹੀਂ ਮੰਨਦਾ, ਮੰਨਣ ਚ ਲਾਲਚ ਪਤਾ ਕੀ ਹੈ ਪਿਆਰਿਓ, ਇਹ ਕਹਿੰਦਾ ਵੀ ਹੁਣ ਬਾਪੂ ਨੂੰ ਮੰਨ ਹੀ ਲਓ, ਨਹੀਂ ਬਾਪੂ ਦੀ ਆਤਮਾ ਨੇ ਟਿਕਣ ਨਹੀਂ ਦੇਣਾ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਤਾਂ ਮੰਨਦਾ ਜਦੋਂ ਦੀਵਾਲੀ ਆਉਂਦੀ ਹੈ, ਕਹਿੰਦਾ ਸ਼ਮਸ਼ਾਨ ਭੂਮੀ ਚ ਗੁਲਾਬ ਜਾਮਣਾ ਰੱਖਿਆ ਬੱਚੇ ਨੂੰ, ਕਹਿੰਦਾ ਕਿਤੇ ਬਾਪੂ ਜੀ ਘਰੇ ਨਾ ਆ ਜਾਣ, ਕਿਤੇ ਬਾਪੂ ਜੀ ਘਰੇ ਗੇੜਾ ਮਾਰ ਲੈਣ, ਹੁਣ ਨੀ ਲੋੜ ਬਾਪੂ ਦੀ। ਆ ਜਦੋਂ ਸੰਸਕਾਰ ਕਰਕੇ ਆਉਂਦੇ ਨਾ ਪਿਆਰਿਓ, ਤੇ ਕਈ ਗਿੱਟੇ ਧੋਣਗੇ, ਗੋਡੇ ਧੋਣਗੇ, ਹੱਥ ਮਲਣਗੇ, ਏਦਾਂ ਪੰਜ ਸੱਤ ਚੂੜੀਆਂ ਮੋਢਿਆਂ ਤੋਂ, ਕੀ ਕਹਿੰਦੇ ਕਿਤੇ ਮੋਢਿਆਂ ਨੂੰ ਨਾ ਚੁੰਬੜਿਆ ਰਹਿ ਜੇ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਿਤੇ ਮੋਢਿਆਂ ਨੂੰ ਨਾ ਬਾਪੂ ਚੁੰਬੜ ਜੇ, ਉਹੀ ਬਾਪੂ ਹੈ ਜਿਹਨੇ ਕਮਾਈ ਕੀਤੀ। ਪਰ ਸਾਡਾ ਹਾਲ ਹੈ ਪਿਆਰਿਓ, ਅਸੀਂ ਮਰਿਆਂ ਤੋਂ ਬਾਅਦ ਸਰਾਧ ਕਰਦੇ ਹਾਂ, ਮਰਿਆਂ ਤੋਂ ਬਾਅਦ ਵਿਖਾਵਾ ਕਰਦੇ ਹਾਂ, ਤੇ ਜਿਉਂਦਿਆਂ ਨੂੰ ਘੁੱਟ ਪਾਣੀ ਦੀ ਨਹੀਂ ਪੁੱਛਦੇ। ਉਹ ਇੱਕ ਸੁਣਾਉਂਦੇ ਹੁੰਦੇ ਨੇ ਨਾ, ਕੋਈ ਪੰਡਿਤ ਜੀ ਸੀਗੇ, ਪੰਡਿਤ ਜੀ ਉਹਨਾਂ ਦੇ ਘਰੇ ਮੁੱਕ ਗਿਆ ਖਰਚਾ, ਮੁੱਕ ਜਾਂਦਾ ਕਈ ਵਾਰੀ ਖਰਚਾ, ਉਹ ਖਰਚਾ ਮੁੱਕ ਗਿਆ, ਉਹਨੇ ਪੰਡਿਤ ਨੇ ਸੋਚਿਆ ਵੀ ਕੋਈ ਤਰਕੀਬ ਲਾਈਏ ਵੀ ਖਰਚਾ ਅਜੇ ਖਰਚਾ, ਉਹ ਕਹਿੰਦੇ ਤਰਕੀਬ ਲਾਈਏ। ਹੁਣ ਪੰਡਿਤ ਤੁਹਾਨੂੰ ਪਤਾ ਚਲਾਕ ਹੁੰਦਾ, ਉਹਨੇ ਤਰਕੀਬ ਲਾਈ, ਤੁਰਿਆ ਜਾਵੇ ਤੁਰਿਆ ਜਾਵੇ, ਤੇ ਕੋਈ ਜ਼ਿਮੀਂਦਾਰ ਬੈਠਾ, ਸੁਣਿਓ ਉਹ ਪੰਡਿਤ ਨੇ ਸੋਚਿਆ ਵੀ ਇਹ ਜ਼ਿਮੀਂਦਾਰ ਨੂੰ ਵਹਿਮ ਪਾਈਏ ਫਿਰ ਖਰਚਾ ਬਣੂ, ਉਹ ਚੱਲਿਆ ਗਿਆ। ਕਹਿੰਦਾ ਜ਼ਿਮੀਂਦਾਰ ਨੂੰ ਜਾ ਕੇ ਕਹਿਣ ਲੱਗਾ, ਜੱਟਾ ਮੈਂ ਕਾਹਨੂੰ ਤੇਰੇ ਘਰੇ ਆਉਣਾ ਸੀ, ਰਾਤ ਤੇਰੇ ਬਾਪੂ ਨੇ ਟਿਕਣ ਨਹੀਂ ਦਿੱਤਾ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੇਰੇ ਬਾਪੂ ਨੇ ਸਾਰੀ ਰਾਤ ਨਹੀਂ ਟਿਕਣ ਦਿੱਤਾ, ਉਹ ਜੱਟ ਕਹਿਣ ਲੱਗਾ ਵੀ ਬਾਪੂ ਜੀ ਨੇ ਤਾਂ ਚੜ੍ਹਾਈ ਕੀਤੀ, ਤੈਨੂੰ ਬਹੁਤ ਚਿਰ ਹੋ ਗਿਆ, ਬਾਪੂ ਜੀ ਨੇ ਕਿਉਂ ਨਹੀਂ ਟਿਕਣ ਦਿੱਤਾ? ਕਹਿੰਦੇ ਬਾਪੂ ਕਹਿੰਦਾ ਵੀ ਜੇ ਮੇਰੀ ਮੁਕਤੀ ਕਰਾਉਣੀ ਨਾ ਪਹਿਲਾਂ ਸਰਾਧ ਕਰ। ਦੇਖੋ ਬਣ ਗਿਆ ਨਾ ਖਰਚਾ ਪੰਡਿਤ ਨੂੰ, ਹੁਣ ਜੱਟ ਵਹਿਮ ਚ ਪੈ ਗਿਆ। ਉਹ ਕਹਿਣ ਲੱਗਾ ਪੰਡਿਤ ਜੀ ਹੁਣ ਤੁਹਾਨੂੰ ਪਤਾ ਵੀ ਹੱਥ ਹੈਗਾ ਟੈਟ, ਪੈਸੇ ਹੈ ਨੀ, ਫਿਰ ਕਰਾ ਲਾਂਗੇ ਕੋਈ ਗੱਲ ਨੀ। ਪੰਡਿਤ ਕਹਿਣ ਲੱਗਾ ਵੀ ਇਹ ਤਾਂ ਹੱਥੋਂ ਜਾਂਦਾ ਲੱਗਦਾ, ਇਹਨੇ ਕਰਾਉਣਾ ਨੀ। ਪੰਡਿਤ ਕਹਿਣ ਲੱਗਾ ਵੀ ਕੋਈ ਤਰਕੀਬ ਹੋਰ ਚਲਾਈਏ। ਪੰਡਿਤ ਕਹਿਣ ਲੱਗਾ ਜੱਟਾ ਮੈਂ ਤੇਰਾ ਫਾਇਦਾ ਕਰ ਦਿੰਦਾ, ਤੂੰ ਸਰਾਧ ਰਹਿਣ ਦੇ, ਤੂੰ ਸਰਾਧ ਨਹੀਂ ਕਰਾ ਲੈ ਅੱਧੀ, ਸਰਾਧ ਰਹਿਣ ਦੇ, ਅੱਧੀ ਸਰਾਧ ਨਹੀਂ ਕਰ ਦਿੰਦੇ। ਉਹ ਕਹਿਣ ਲੱਗਾ ਵੀ ਇਹ ਠੀਕ ਹੈ, ਅੱਧਾ ਖਰਚਾ, ਖਰਚਾ ਅੱਧਾ ਤੇ ਫਾਇਦਾ ਪੂਰਾ, ਬਾਪੂ ਸਿਰੇ ਲੱਗ ਜਾਣਾ, ਖਰਚਾ ਅੱਧਾ ਹੋਣਾ। ਉਹ ਕਹਿਣ ਲੱਗਾ ਵੀ ਕੀ ਲਿਆਉਣਾ, ਤੂੰ ਲੈ ਆਉਂਦਾ ਸਭ ਕੁਝ, ਲੈ ਆਉਂਦਾ ਪਦਾਰਥ, ਲੈ ਆਉਂਦਾ ਜੋ ਨੇ ਕਿਹਾ ਲੈ ਆਉਂਦਾ। ਹੁਣ ਜਦੋਂ ਲੱਗੇ ਨਾ ਸਰਾਧ ਨਹੀਂ ਕਰਨ, ਇਹ ਹਾਲ ਹੈ ਸਾਡਾ ਸਮਾਜ ਦਾ। ਇਹ ਗੱਲਾਂ ਸੁਣ ਕੇ ਗਿਆਨ ਆਉਂਦਾ ਫਿਰ ਵੀ ਇਹ ਹਾਲ ਹੈ ਸਾਡੇ ਸਮਾਜ ਦਾ, ਜਦ ਲੱਗੇ ਸਰਾਧ ਨਹੀਂ ਕਰਨ ਤੇ ਇੱਕ ਪਾਸੇ ਜੱਟ ਬਹਿ ਗਿਆ, ਇੱਕ ਪਾਸੇ ਪੰਡਿਤ ਬਹਿ ਗਿਆ। ਪੰਡਿਤ ਕਹਿਣ ਲੱਗਾ ਜੱਟਾ ਜਿਵੇਂ ਤੈਨੂੰ ਕਹੂੰਗਾ ਉਵੇਂ ਕਰੀ ਚੱਲੀ, ਫਿਰ ਬਾਪੂ ਦੀ ਮੁਕਤੀ ਹੋਣੀ।
ਕਹਿਣ ਲੱਗਾ ਵੀ ਠੀਕ ਹੈ। ਉਹਨੇ ਪਿਆਰੇ ਉਹ ਪੰਡਤ ਨੇ ਚੱਕੀ ਮੁੱਠੀ ਖੰਡ ਦੀ ਤੇ ਖੰਡ ਦੀ ਮੁੱਠੀ ਚੱਕ ਕੇ ਅੱਗ 'ਚ ਸੁੱਟ ਦਿੱਤੀ। ਕਹਿਣ ਲੱਗਾ ਵੀ ਬੋਲ ਜੱਟਾ ਮਿਸ਼ਟਾ ਦਾਨ ਸਵਾਹਾ, ਕਰਦੇ ਨੇ ਨਾ ਇੱਦਾਂ ਸਵਾਹਾ, ਸਮਾਨ ਪਾਤਾ ਸਾਰਾ ਅੱਗ 'ਚ। ਇਹ ਸਾਡਾ ਹਾਲ ਹੈ ਪਿਆਰਿਓ। ਅਸੀਂ ਕੱਲ ਆ ਰਹੇ ਸੀਗੇ ਲੁਧਿਆਣੇ ਵਾਲੀ ਨਹਿਰ 'ਤੇ ਨਾ, ਦੋ ਬੀਬੀਆਂ, ਮੇਰੇ ਹਿਸਾਬ ਨਾਲ ਵੀ ਬਹੁਤੀ ਨਹੀਂ ਤਾਂ 5 ਕਿਲੋ ਦਾਲ ਤਾਂ ਹੋਊਗੀ, 5 ਕਿਲੋ ਦਾਲ ਤੇ ਕਿੱਥੇ ਸਿੱਟਣੀ ਹੈ? ਕਹਿੰਦੇ ਨਹਿਰ 'ਚ ਪਾ ਦਿਓ, ਸਾਢ ਸਤੀ ਟਲ ਜੂ ਆਖੋ ਸਾਧਨਾਮ ਸ਼੍ਰੀ ਵਾਹਿਗੁਰੂ। ਆ ਨਹਿਰਾਂ 'ਚ ਲੋਕ ਦਾਲ ਸਿੱਟੀ ਜਾਂਦੇ ਨੇ, ਦੁੱਧ ਨਹਿਰਾਂ 'ਚ ਡੋਲੀ ਜਾਂਦੇ ਨੇ। ਚਲੋ ਨਹਿਰਾਂ 'ਚ ਤਾਂ ਠੀਕ ਹੈ, ਹੁਣ ਤਾਂ ਲੋਕ ਭਾਈ ਕਾਲੇ ਮਾਂ ਗੁਰੂ ਘਰ 'ਚ ਵੀ ਦੇ ਕੇ ਜਾਂਦੇ ਆ, ਭਾਵੇਂ ਪਾਠੀਆਂ ਨੂੰ ਵਾਧੀ ਹੋ ਜਾਏ, ਕਾਲੇ ਮਾਂ ਗੁਰੂ ਘਰ 'ਚ ਵੀ ਦੇਣੇ ਆ। ਇਹ ਕਾਲੇ ਮਾਂ ਉੱਦਾਂ ਨਹੀਂ ਦਿੰਦੇ, ਇਹਨਾਂ ਨੂੰ ਪੰਡਤਾਂ ਨੇ ਕਿਹਾ ਵੀ ਕਾਲੇ ਮਾਂ ਦੇ ਕੇ ਆਓ ਤਾਂ ਸਾਢ ਸਤੀ ਟਲੋ। ਇਹ ਹਾਲ ਹੈ, ਗੁਰੂ ਘਰ 'ਚ ਵੀ ਪੰਡਤਵਾਦ ਵਾੜਤਾ ਲਿਆ ਕੇ ਦੇਖੋ, ਗੁਰੂ ਘਰ 'ਚ ਵੀ ਪੰਡਿਤ ਪਖੰਡ ਵਾੜਤਾ ਲਿਆ ਕੇ ਪਿਆਰਿਓ। ਇਹ ਹਾਲ ਹੈ ਸਾਡਾ। ਹੁਣ ਜਦੋਂ ਕਿਹਾ ਨਾ ਪੰਡਿਤ ਨੇ ਤੇ ਜੱਟ ਨੂੰ ਕੀ ਪਤਾ ਸੀ, ਉਹ ਕਹਿੰਦਾ ਬੋਲ ਜੱਟਾ, ਉਹ ਕਹਿੰਦਾ ਬੋਲ ਪੰਡਤਾ, ਉਹ ਕਹਿੰਦਾ ਬੋਲ ਜੱਟਾ, ਉਹ ਕਹਿੰਦਾ ਬੋਲ ਪੰਡਤਾ। ਇੰਨੇ ਨੂੰ ਬਹਿਸ ਵੱਧ ਗਈ, ਤੁਹਾਨੂੰ ਪਤਾ ਹੁਣ ਜੱਟ ਪਿਆਰਿਓ ਗੰਨਾ ਨਹੀਂ ਦਿੰਦਾ ਤੇ ਭੇਲੀ ਦੇ ਦਿੰਦਾ। ਹੁਣ ਜੱਟ ਦਾ ਸੁਭਾਅ ਜੱਟ ਵਾਲਾ, ਜੱਟ ਨੂੰ ਚੜ ਗਿਆ ਹਰਖ। ਪੰਡਿਤ ਨੇ ਸਾਧ ਸੰਗਤ ਜੱਟ ਦੇ ਇੱਕ ਮੁੱਕੀ ਮਾਰੀ, ਜੱਟ ਨੇ ਕਿਹਾ ਵੀ ਹੁਣ ਮੇਰੀ ਵਾਰੀ ਹੈ, ਜੱਟ ਨੇ ਦੋ ਜੱਟ ਦੇ। ਏਦਾਂ ਕਰਦੇ ਕਰਦੇ ਲੜਾਈ ਹੋ ਗਈ ਤੇ ਪਿਆਰਿਓ ਜੱਟ ਨੇ ਲੈ ਲਿਆ ਗੋਡਿਆਂ ਥੱਲੇ। ਜਦੋਂ ਲੱਗਾ ਨਾ ਮਾਰਨਾ, ਪੰਡਿਤ ਕਹਿੰਦਾ ਵੀ ਇਹਨੇ ਊ ਨਹੀਂ ਹਟਣਾ, ਪੰਡਿਤ ਕਹਿੰਦਾ ਜੱਟਾ ਬਸ 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 3 ਵਾਰੀ ਜੱਟ ਉੱਤੇ ਬੈਠਾ, ਕਹਿੰਦਾ ਬਸ ਬਸ ਬਸ। ਜਦੋਂ ਲੀੜੇ ਲੂੜੇ ਝਾੜ ਲਏ, ਜੱਟ ਕਹਿੰਦਾ ਪੰਡਤਾ ਵੀ ਸ਼ੁਕਰ ਕਰ, ਜੇ ਸਰਾਧ ਹੁੰਦਾ ਤੇਰਾ ਕਤਲ ਹੋ ਜਾਣਾ ਸੀ, ਤੂੰ ਸ਼ੁਕਰ ਮਨਾ ਰੱਬ ਦਾ ਵੀ ਸੀ ਸਰਾਧ ਨਹੀਂ ਤੂੰ ਬਚ ਗਿਆ, ਜੇ ਸਰਾਧ ਹੁੰਦਾ ਨਾ ਤੇ ਫਿਰ ਇੱਥੇ ਹੋਰ ਜ਼ੋਰ ਲੱਗ ਜਾਣਾ ਸੀ, ਕਤਲ ਹੀ ਹੋ ਜਾਣਾ ਸੀ ਤੇਰਾ। ਹਾਲ ਗੁਰੂ ਹੋਇਆ, ਗੁਰੂ ਸਾਹਿਬ ਕਹਿੰਦੇ ਜਿਉਂਦੇ ਪਿੱਤਰ ਨਾ ਮੰਨੇ ਕੋਊ ਮੂਹੇ ਸਰਾਧ ਕਰਾਏ।